ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਜੈਨ ਸਾਹਿਬ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਐਮ ਸੀ ਵੀ ਹੈ ਉਹਨਾਂ ਦੇ ਘਰ ਗ੍ਰਹਿ ਵਿਖੇ ਨੌ ਫੇਸ ਦੇ ਵਿੱਚ ਇਕੱਠੇ ਹੋਏ ਹਾਂ ਨਾਗਰਾ ਸਾਹਿਬ ਸੰਦੀਪ ਜੀ ਤਮਾਮ ਐਮ ਸੀ ਸਾਹਿਬਾਨ ਨੌ ਐਮ ਸੀ ਸਾਹਿਬਾਨ ਜਿਹੜੇ ਕਿ ਸਾਨੂੰ ਪਾਸੇ ਆਏ ਅਸੀਂ ਉਹਨਾਂ ਨੂੰ ਕਾਲ ਕੀਤਾ ਸੀ ਮੋਹਾਲੀ 'ਚ ਔਰ ਨਾਲੀ ਸਰ ਕੁਝ ਸਰਪੰਚ ਸਾਹਿਬਾਨ ਵੀ ਹੈਗੇ ਆ ਮੈਨੂੰ ਲੱਗਦਾ ਕਿ ਕਾਂਗਰਸ ਪਰਿਵਾਰ ਦੇ ਉਹਨਾਂ ਲੋਕਾਂ ਨੂੰ ਬੜਾ ਇਸ ਗੱਲ ਦਾ ਧੱਕਾ ਲੱਗਿਆ ਕਿ ਇਸ ਤਰ੍ਹਾਂ ਬਿਨਾਂ ਦੱਸੇ ਸਾਨੂੰ ਛੱਡ ਜਾਣਾ ਬੜਾ ਹੀ ਦੁਖਦਾਈ ਗੱਲ ਹੈ ਸਰਦਾਰ ਬਲਵੀਰ ਸਿੰਘ ਸਿੱਧੂ ਸਾਹਿਬ ਹੋਰਾਂ ਵੱਲੋਂ ਹਾਲਾਂਕਿ ਪਾਰਟੀ ਨੇ ਉਹਨੂੰ ਬਹੁਤ ਕੁਛ ਦਿੱਤਾ ਸਾਰਾ ਪਰਿਵਾਰ ਕਾਂਗਰਸ ਦੀਆਂ ਅਹੁਦੇਦਾਰੀਆਂ ਮਾਣ ਰਿਹਾ ਹੈ ਕੋਈ ਮੇਅਰ ਹੈ ਕੋਈ ਕੋਆਪਰੇਟਿਵ ਬੈਂਕ ਦਾ ਚੇਅਰਮੈਨ ਹੈ ਕੋਈ ਯੂਥ ਕਾਂਗਰਸ ਦਾ ਪ੍ਰਧਾਨ ਹੈ ਕੋਈ ਮਾਰਕੀਟ ਕਮੇਟੀ ਦਾ ਪੀ ਏ ਜਿਹੜਾ ਰਿਸ਼ਤੇਦਾਰ ਉਹ ਕੋਈ ਪੀ ਏ ਸੀ ਸੀ ਦਾ ਮੈਂਬਰ ਵੀ ਔਰ ਮੈਨੂੰ ਬੜੀ ਹੈਰਾਨੀ ਹੋਈ ਕਿ ਕਿਸੇ ਵਿਅਕਤੀ ਨੂੰ ਨਾ ਤਾਂ ਪੁੱਛਿਆ ਗਿਆ ਅਤੇ ਨਾ ਹੀ ਕਿਸੇ ਅਹੁਦੇ 'ਤੇ ਆਉਣ ਦਿੱਤਾ ਗਿਆ ਤਾਂ ਜੋ ਆਪਣੀ ਜ਼ਿੰਦਗੀਰ ਜਿਵੇਂ ਰਾਜੇ ਮਹਾਰਾਜਾ ਵੇਲੇ ਹੁੰਦਾ ਸੀ ਕਿ ਆਪਣਾ ਹੀ ਟਾਚਾ ਹੋਣਾ ਚਾਹੀਦਾ ਚਲੋ ਉਹਨਾਂ ਨੂੰ ਸਮਝਣੀ ਹੋਵੇ ਬੀ ਜੇ ਪੀ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਲੇਕਿਨ ਮੈਂ ਮੋਹਾਲੀ ਦੇ ਕਾਂਗਰਸ ਪਾਰਟੀ ਦੇ ਪਰਿਵਾਰ ਦੇ ਉਹਨਾਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਪਿੰਡਾਂ 'ਚ ਸਰਪੰਚ ਬੈਠੇ ਮਾਫ਼ੀ ਚਾਹੁੰਦਾ ਅੱਜ ਮੈਂ ਜਲਦਬਾਜ਼ੀ 'ਚ ਆਇਆ ਸੀ ਕੋਈ ਪ੍ਰੋਗਰਾਮ ਨਹੀਂ ਸੀਗਾ ਔਰ ਮੈਂ ਤੁਹਾਨੂੰ ਸਾਰੇ ਸਰਪੰਚਾਂ ਨੂੰ ਮਿਲਣਾ ਚਾਹੁੰਦਾ ਮੈਂ ਤਮਾਮ ਐਮ ਸੀ ਸਾਹਿਬਾਨਾਂ ਨੂੰ ਮਿਲਣਾ ਚਾਹੁੰਦਾ ਜਿਹੜੇ ਵੀ ਕਾਂਗਰਸ ਪਾਰਟੀ ਦੇ ਕਿਉਂਕਿ ਅਸੀਂ ਬੀ ਜੇ ਪੀ ਨਾਲ ਨਹੀਂ ਜਾ ਸਕਦੇ ਸਾਨੂੰ ਕਾਂਗਰਸ ਪਾਰਟੀ ਨੇ ਜਿਤਾਇਆ ਕਾਂਗਰਸ ਪਾਰਟੀ ਦੀ ਟਿਕਟ 'ਤੇ ਉਸ ਪੰਜੇ ਦੇ ਨਿਸ਼ਾਨ 'ਤੇ ਅਸੀਂ ਲੋਕ ਜਿੱਤੇ ਗਏ ਹਾਂ ਔਰ ਹਰ ਬੰਦੇ ਦੀ ਆਪਦੀ ਆਪਦੀ ਹੋਂਦ ਹੈਗੀ ਹੈ ਹਰ ਵਿਅਕਤੀ ਦੀ ਆਪਦੀ ਆਪਦੀ ਪਹਿਚਾਣ ਹੈਗੀ ਹੈ ਅਸੀਂ ਕੋਈ ਭੇਡਾਂ ਬੱਕਰੀਆਂ ਨਹੀਂ ਹਾਂ ਕਿ ਸਾਨੂੰ ਕੋਈ ਵੀ ਹੱਕ ਕੇ ਲੈ ਜੇ ਅਤੇ ਜਦੋਂ ਮਰਜ਼ੀ ਸਾਨੂੰ ਇਸ਼ਾਰਾ ਕਰਦੇ ਕਿ ਅਸੀਂ ਉੱਥੇ ਚਲੇ ਜਾਈਏ ਹਰ ਵਿਅਕਤੀ ਨੂੰ ਆਪਦੀ ਜ਼ਮੀਰ ਦੀ ਗੱਲ ਸੁਣਨੀ ਪਏਗੀ ਉਹ ਯਾਦ ਹੈ ਉਹ ਦਿਨ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਜਾਇਦਾਦਾਂ ਸੰਭਾਲਣ ਲਈ ਆਪਦਾ ਆਪਦੇ ਆਪ ਨੂੰ ਬਚਾਉਣ ਲਈ ਬੀ ਜੇ ਪੀ ਦਾ ਜਿਹੜਾ ਉਹ ਲਾਮਨ ਜਿਹੜਾ ਫੜਿਆ ਸੋ ਕੋਈ ਗੱਲ ਇਹ ਮਹਿਸੂਸ ਨਾ ਕਰੋ ਦੇ ਲੋਕਾਂ ਵਾਸਤੇ ਹੁਣ ਕੋਈ ਸਰਪੰਚ ਮੋਹਾਲੀ ਤੋਂ MLA ਬਣ ਸਕਦਾ ਜਿਹਦੇ 'ਚ ਜਾਣ ਹੈ ਹੁਣ ਕੋਈ MC ਮੋਹਾਲੀ ਤੋਂ ਸਰਪੰਚ ਬਣ ਸਕਦਾ MLA ਬਣ ਸਕਦਾ ਲੇਕਿਨ ਹੁਣ ਮੌਕਾ ਹੈ ਤੁਹਾਡੇ ਕੋਲ ਆਹ ਪਾਰਲੀਮੈਂਟ ਦੀ ਸਾਡੀ ਜਿਹੜੀ ਚੋਣ ਹੈ 23 ਤਰੀਕ ਨੂੰ ਨਿਕਲ ਜਾਏਗੀ ਉਸ ਤੋਂ ਬਾਅਦ ਮੈਂ ਵਿਚਾਲੇ ਵੀ ਇੱਕ ਵਾਰੀ ਜਾਂ ਬਾਅਦ 'ਚ ਵੀ ਕਿਸੇ ਨੇ ਬੀ ਜੇ ਪੀ ਦਾ ਪਟਕਾ ਨਹੀਂ ਪਵਾਉਣਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਹਰੇਕ ਦੇ ਘਰ ਮੈਂ ਆਵਾਂਗਾ ਮੋਹਾਲੀ ਦੇ ਇੱਕ ਇੱਕ ਪਿੰਡ 'ਚ ਰਾਜਾ ਵੜਿੰਗ ਆਏਗਾ ਇੱਕ ਇੱਕ ਵਾਰਡ 'ਚ ਰਾਜਾ ਵੜਿੰਗ ਆਏਗਾ ਤੁਸੀਂ ਆਪਦੀ ਸਿੱਧੀ ਪਹਿਚਾਣ ਬਣਾਉਣ ਦਾ ਤੁਹਾਨੂੰ ਮੌਕਾ ਹੈ ਨਹੀਂ ਤੁਹਾਨੂੰ ਕਿਸੇ ਨੇ ਇਹ ਮੌਕਾ ਨਹੀਂ ਦੇਣਾ ਸੀ ਸੋ ਉਮੀਦ ਕਰਦਾ ਕਿ ਤੁਸੀਂ ਮੇਰੀ ਜਿੱਥੇ ਵੀ ਬੈਠੇ ਹੋਵੋਗੇ ਗੱਲ ਸੁਣ ਕੇ ਅਤੇ ਆਪਦੀ ਆਪਦੀ ਜਗ੍ਹਾ 'ਤੇ ਰਹੋਗੇ ਬਿਲਕੁਲ ਇਹਨਾਂ ਦੇ ਨਾਲ ਤਾਲਮੇਲ ਨਹੀਂ ਔਰ ਇਹਨਾਂ ਨੂੰ ਜਿਹੜੀਆਂ ਅਹੁਦੇਦਾਰੀਆਂ ਕਾਂਗਰਸ ਨੇ ਦਿੱਤੀਆਂ ਉਹਨਾਂ ਤੋਂ ਲਾਉਣਾ ਇਹ ਪਰਨ ਕਰ ਲਓ ਕਿ ਇਹਨਾਂ ਨੂੰ ਲਾਉਣਾ ਇਹਨਾਂ ਦੀ ਮੇਅਰਸ਼ਿਪ ਤੋਂ ਇਹਨਾਂ ਨੂੰ ਲਾਉਣਾ ਇਹਨਾਂ ਦੇ ਅਹੁਦੇਦਾਰੀਆਂ ਤੋਂ ਇਹਨਾਂ ਨੂੰ ਲਾਉਣਾ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਅਤੇ ਆਪਾਂ ਤਕੜੇ ਹੋ ਕੇ ਸਾਰੇ ਲਾਵਾਂਗੇ ਇਹ ਦਿਖਾਵਾਂਗੇ ਔਰ ਜਿਹੜੀ ਮੇਰੀ ਸੋਚ ਸੀ ਹੋ ਸਕਦਾ ਇਹ ਲੋਕ ਕਾਂਗਰਸ ਪਾਰਟੀ 'ਚ ਰਹਿੰਦੇ ਤਾਂ ਮੈਂ ਆਪਦੀ ਸੋਚ ਲਾਗੂ ਨਾ ਕਰ ਪਾਉਂਦਾ ਮੇਰੀ ਸੋਚ ਹੈ ਕਿ ਜਿਵੇਂ ਆਮ ਵਿਅਕਤੀ ਘਰ ਤੋਂ ਮੈਂ ਉੱਠ ਕੇ ਆਇਆ ਸਾਰੇ ਆਮ ਲੋਕ ਅਸੀਂ ਵੀ ਦੱਸੀਏ ਕਿ ਆਹ ਫਲਾਨਾ MC ਅਸੀਂ MLA ਦਾ ਕੈਂਡੀਡੇਟ ਆ ਔਰ ਆਹ ਸਿੱਧੂ ਸਾਹਿਬ ਨੂੰ ਕਰਾ ਕੇ ਬੈਠੇ ਸੋ ਐਸੇ ਲੋਕ ਹੁਣ ਜਿੱਤੇ ਨੇ ਔਰ ਕਈ ਲੋਕਾਂ ਨੇ ਦਿਖਾਤਾ ਕਿ ਕੋਈ ਵੱਡਾ ਲੀਡਰ ਨਹੀਂ ਹੈ 5 ਵਾਰੀ ਦਾ ਮੁੱਖ ਮੰਤਰੀ ਜੇ ਹਾਰ ਸਕਦਾ ਅਤੇ ਫਿਰ 1 ਵਾਰੀ ਦਾ ਮੰਤਰੀ ਦੁਬਾਰਾ ਵੀ ਹਾਰ ਸਕਦਾ ਔਰ ਮੇਰੀ ਗੱਲ ਯਾਦ ਰੱਖਿਓ ਇਹ ਸਾਰੀ ਉਮਰ ਇਹ ਪਰਿਵਾਰ ਪਛਤਾਏਗਾ ਜੋ ਇਹਨਾਂ ਨੇ ਫੈਸਲਾ ਲਿਆ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਜੈਨ ਸਾਹਿਬ ਦਾ ਤਮਾਮ MC ਸਾਹਿਬਾਨਾਂ ਦਾ ਅਤੇ ਸਰਪੰਚ ਸਾਹਿਬਾਨਾਂ ਦਾ ਵੀ ਧੰਨਵਾਦ ਹੈ ਇੱਥੇ ਸਾਰੇ ਬੈਠੇ ਨੇ ਤੁਸੀਂ ਸਾਰਿਆਂ ਨੂੰ ਦੇਖ ਸਕਦੇ ਹੋ ਔਰ ਖਾਸ ਕਰਕੇ ਵਿਰੋਧੀ ਵੀ ਰਾਤ ਨੂੰ ਇਹ ਵੀਡੀਓ ਵੇਖਣ ਲਈ ਕਿਹੜੇ ਕਿਹੜੇ ਹੈ ਕਿਹੜੇ ਕਿਹੜੇ ਉਚੇਰੇ ਹੈ ਸੋ ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਕਿਉਂਕਿ ਤੁਸੀਂ ਜਿਹੜੀਆਂ ਕਸਮਾਂ ਖਾਧੀਆਂ ਉਹਦੇ 'ਤੇ ਇਹਨਾਂ ਨੇ ਕਿਉਂਕਿ ਤੁਹਾਨੂੰ ਕੋਈ ਪੁੱਛ ਕੇ ਨਹੀਂ ਗਿਆ ਤੁਹਾਨੂੰ ਪੁੱਛ ਕੇ
सारे कसम खाओ भी बीजेपी चलना कसम इन्होंने कोई अहमियत नहीं रखती इन्होंने लोग अमीर लोग है अमीर लोग योजे लोग रजवाड़े लोग योजना कसम बहुत खा जाया करते सो थोड़ा सारे का धन्यवाद मोहाली वाले मिलते हैं जरूर छेती एंड अगली मीटिंग फिर करा और भाई सिद्धू साहब मेयर की कुर्सी तो ला के छेगा ना जब थोड़े वादा कर धन्यवाद।